ਕਾਰਲ ਮਾਰਕਸ ਦਾ ਜਨਮ 5 ਮਈ 1818 ਨੂੰ ਜਰਮਨੀ ਦੇ ਪ੍ਰੂਸ਼ੀਆ ਸੂਬੇ ਦੇ ਟ੍ਰਾਇਰ ਸ਼ਹਿਰ ਵਿੱਚ ਹੋਇਆ। ਸ਼ੁਰੂਆਤੀ ਪੜ੍ਹਾਈ ਦਾ ਇੰਤਜ਼ਾਮ ਘਰ ਵਿੱਚ ਹੀ ਕੀਤਾ ਗਿਆ ਸੀ ਅਤੇ ਉਸ ਤੋਂ ਬਾਅਦ ਟ੍ਰਾਇਰ ਹਾਈ ਸਕੂਲ ਦੇ ਵਿੱਚ 10ਵੀਂ ਤੱਕ ਦੀ ਪੜ੍ਹਾਈ ਲਈ ਗਏ। ਸਕੂਲ ਛੱਡਣ ਵੇਲੇ ਕਿੱਤੇ ਦੀ ਚੋਣ ਸੰਬੰਧੀ ਲਿਖੇ ਲੇਖ ਵਿੱਚ ਉਹਨਾਂ ਨੇ ਲਿਖਿਆ, ਇਤਿਹਾਸ ਉਹਨਾਂ ਨੂੰ ਸਭ ਤੋਂ ਮਹਾਨ ਮਨੁੱਖ ਆਖਦਾ ਹੈ ਜਿਨ੍ਹਾਂ ਨੇ ਸਾਂਝੇ ਭਲੇ ਲਈ ਕੰਮ ਕਰਕੇ ਆਪਣੇ ਆਪ ਨੂੰ ਉਚਿਆ ਲਿਆ ਹੋਵੇ। ਤਜਰਬਾ ਉਹਨਾਂ ਨੂੰ ਸਭ ਤੋਂ ਖੁਸ਼ ਮਨੁੱਖ ਦੱਸਦਾ ਹੈ ਜਿਨ੍ਹਾਂ ਨੇ ਸਭ ਤੋਂ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਖੁਸ਼ੀ ਦਿੱਤੀ ਹੋਵੇ। ਕਾਰਲ ਮਾਰਕਸ ਦੇ ਪਿਤਾ ਇੱਕ ਵਕੀਲ ਸਨ। ਉਹ ਚਾਹੁੰਦੇ ਸਨ ਕਿ ਉਹਨਾਂ ਦਾ ਪੁੱਤਰ ਵੀ ਵਕੀਲ ਬਣੇ ਅਤੇ ਉਹਨਾਂ ਦੀ ਫਰਮ ਦੇ ਵਿੱਚ ਉਹਨਾਂ ਦਾ ਹੱਥ ਵਟਾਵੇ, ਜਿਸ ਕਰਕੇ ਉਹਨਾਂ ਨੇ ਕਾਰਲ ਮਾਰਕਸ ਨੂੰ ਬੌਨ ਯੂਨੀਵਰਸਿਟੀ ਦੇ ਵਿੱਚ ਵਕਾਲਤ ਦੀ ਪੜ੍ਹਾਈ ਲਈ ਭੇਜ ਦਿੱਤਾ। ਕੁਝ ਸਮੇਂ ਬਾਅਦ ਉਹਨਾਂ ਨੇ ਖੁਦ ਹੀ ਉਹਨਾਂ ਨੂੰ ਬਰਲਿਨ ਯੂਨੀਵਰਸਿਟੀ ਦੇ ਵਿੱਚ ਬਦਲ ਦਿੱਤਾ, ਕਿਉਂਕਿ ਉੱਥੋਂ ਦੇ ਪ੍ਰੋਫੈਸਰ ਬੌਨ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਨਾਲੋਂ ਜ਼ਿਆਦਾ ਯੋਗਤਾ ਰੱਖਦੇ ਸਨ। ਕਾਰਲ ਮਾਰਕਸ ਦੀ ਰੁਚੀ ਕਾਨੂੰਨ ਦੀ ਪੜ੍ਹਾਈ ਤੋਂ ਵੱਧ ਫਲਸਫੇ ਅਤੇ ਇਤਿਹਾਸ ਦੀ ਪੜ੍ਹਾਈ ਦੇ ਵਿੱਚ ਸੀ। ਕਾਰਲ ਮਾਰਕਸ ਆਪਣੇ ਪਿਤਾ ਨੂੰ ਚਿੱਠੀ ਲਿਖਦੇ ਹੋਏ ਕਹਿੰਦੇ ਹਨ ਕਿ ਮੇਰਾ ਮਨ ਜਿਹੜੇ ਸਵਾਲਾਂ ਦਾ ਜਵਾਬ ਲੱਭਦਾ ਹੈ ਉਹਨਾਂ ਸਵਾਲਾਂ ਦੇ ਜਵਾਬ ਮੈਨੂੰ ਕਾਨੂੰਨ ਦੀ ਪੜ੍ਹਾਈ ਵਿੱਚੋਂ ਨਹੀਂ ਫਲਸਫੇ ਦੀ ਪੜ੍ਹਾਈ ਵਿੱਚੋਂ ਮਿਲਣਗੇ। ਇਸ ਤਰ੍ਹਾਂ ਕਾਰਲ ਮਾਰਕਸ ਕਾਨੂੰਨ ਦੀ ਪੜ੍ਹਾਈ ਛੱਡ ਕੇ ਫਲਸਫੇ ਅਤੇ ਇਤਿਹਾਸ ਦੀ ਪੜ੍ਹਾਈ ਕਰਨ ਦੇ ਵਿੱਚ ਜੁਟ ਜਾਂਦੇ ਹਨ। ਜਿਸ ਸਮੇਂ ਕਾਰਲ ਮਾਰਕਸ ਬਰਲਿਨ ਯੂਨੀਵਰਸਿਟੀ ਦੇ ਵਿੱਚ ਪੜ੍ਹਾਈ ਕਰ ਰਹੇ ਸਨ ਉਸ ਸਮੇਂ ਜਾਰਜ ਫਰੈਡਰਿਕ ਹੀਗਲ ਦਾ ਨਾਂ ਫਲਸਫੇ ਦੀ ਦੁਨੀਆ ਦੇ ਵਿੱਚ ਇੱਕ ਮੰਨਿਆ ਪ੍ਰਮੰਨਿਆ ਨਾਂ ਮੰਨਿਆ ਜਾਂਦਾ ਸੀ। ਜਾਰਜ ਫਰੈਡਰਿਕ ਹੀਗਲ ਵਿਚਾਰਵਾਦੀ ਫਲਸਫੇ ਦੇ ਪ੍ਰਚਾਰਕ ਸਨ। ਕਾਰਲ ਮਾਰਕਸ ਉਸ ਦੇ ਫਲਸਫੇ ਤੋਂ ਇੰਨਾ ਪ੍ਰਭਾਵਿਤ ਹੋਏ ਕਿ ਆਪਣੇ ਆਪ ਨੂੰ ਹੀਗਲਵਾਦੀ ਮੰਨਣ ਲੱਗ ਪਏ, ਪਰ ਛੇਤੀ ਪਿੱਛੋਂ ਹੀ ਕਾਰਲ ਮਾਰਕਸ ਨੂੰ ਸਮਝ ਆ ਗਿਆ ਕਿ ਜਿਹੜੇ ਸਵਾਲਾਂ ਦੇ ਜਵਾਬ ਉਹ ਲੱਭਣਾ ਚਾਹੁੰਦੇ ਹਨ ਉਹ ਹੀਗਲਵਾਦੀ ਫਲਸਫੇ ਦੇ ਵਿੱਚੋਂ ਨਹੀਂ ਲੱਭਣ। ਇਸ ਲਈ ਕਾਰਲ ਮਾਰਕਸ ਹੀਗਲ ਦੇ ਫਲਸਫੇ ਦੇ ਵਿੱਚੋਂ ਨਾਸਤਿਕਤਾ ਵਾਲੇ ਸਿੱਟੇ ਕੱਢਣ ਵਾਲੇ ਖੱਬੇ ਪੱਖੀ ਹੀਗਲਵਾਦੀਆਂ ਦੇ ਨਾਲ, ਜਿਨ੍ਹਾਂ ਨੂੰ ਕਿ ਯੁਵਾ ਹੀਗਲਵਾਦੀ ਵੀ ਕਿਹਾ ਜਾਂਦਾ ਸੀ, ਨਾਲ ਰਲ ਜਾਂਦੇ ਹਨ। ਪਰ ਉਸ ਤੋਂ ਛੇਤੀ ਹੀ ਪਿੱਛੋਂ ਲੁਡਵਿਗ ਫਿਊਰਬਾਖ, ਜੋ ਕਿ ਪਦਾਰਥਵਾਦੀ ਫਲਸਫੇ ਦਾ ਪ੍ਰਚਾਰਕ ਸੀ, ਵਿਚਾਰਵਾਦੀ ਫਲਸਫੇ ਦਾ ਖੰਡਨ ਕਰਦਾ ਹੋਇਆ ਸਾਹਮਣੇ ਆਉਂਦਾ ਹੈ। ਇਸ ਵਾਕਿਆ ਬਾਰੇ ਕਾਰਲ ਮਾਰਕਸ ਦੇ ਸਭ ਤੋਂ ਨੇੜਲੇ ਸਾਥੀ ਫਰੈਡਰਿਕ ਇੰਗਲਸ ਲਿਖਦੇ ਹਨ ਕਿ ਉਸ ਸਮੇਂ ਹੀਗਲਵਾਦੀ ਧੜਾਧੜ ਫਿਊਰਬਾਖੀ ਹੋਣ ਲੱਗ ਜਾਂਦੇ ਹਨ। ਪਰ ਕਾਰਲ ਮਾਰਕਸ ਅਤੇ ਫਰੈਡਰਿਕ ਇੰਗਲਸ, ਜਾਰਜ ਫਰੈਡਰਿਕ ਹੀਗਲ ਅਤੇ ਲੁਡਵਿਗ ਫਿਊਰਬਾਖ ਦੋਵਾਂ ਦੇ ਫਲਸਫਿਆਂ ਤੋਂ ਅੱਗੇ ਵੱਧ ਕੇ ਇੱਕ ਨਵਾਂ ਫਲਸਫਾ ਜਿਹੜਾ ਕਿ ਪਦਾਰਥਵਾਦੀ ਵਿਰੋਧ ਵਿਕਾਸੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਦੀ ਸਥਾਪਨਾ ਕਰਦੇ ਹਨ। 1835 ਦੇ ਵਿੱਚ ਬਰਲਿਨ ਯੂਨੀਵਰਸਿਟੀ ਆਉਣ ਤੋਂ ਬਾਅਦ 1836 ਦੇ ਵਿੱਚ ਕਾਰਲ ਮਾਰਕਸ ਜੈਨੀ ਵੌਨ ਵੈਸਟਫੈਲਨ ਦੇ ਨਾਲ ਮੰਗਣੀ ਕਰ ਲੈਂਦੇ ਹਨ। ਮਾਰਚ 1841 ਦੇ ਵਿੱਚ ਕਾਰਲ ਮਾਰਕਸ ਬਰੂਨੋ ਬਾਵਰ ਦੀ ਨਿਗਰਾਨੀ ਦੇ ਹੇਠ ਯੂਨੀਵਰਸਿਟੀ ਆਫ ਜੇਨਾ ਦੇ ਵਿੱਚ ਆਪਣੀ PhD ਦਾ ਥੀਸਿਸ ਜਮ੍ਹਾਂ ਕਰਾਉਂਦੇ ਹਨ। ਉਹਨਾਂ ਦੀ PhD ਦਾ ਵਿਸ਼ਾ ਦਾ ਡਿਫਰੈਂਸ ਬਿਟਵੀਨ ਦ ਡੈਮੋਕ੍ਰੇਟਿਨ ਐਂਡ ਐਪੀਕਰਨ ਫਿਲੋਸਫੀ ਆਫ ਨੇਚਰ ਸੀ। ਉਹ ਇਹ ਖੋਜ ਪ੍ਰਬੰਧ ਜੈਨੀ ਦੇ ਪਿਤਾ ਲੁਡਵਿਗ ਵੌਨ ਵੈਸਟਫੈਲਨ ਨੂੰ ਸਮਰਪਿਤ ਕਰਦੇ ਹਨ। ਕਾਰਲ ਮਾਰਕਸ ਯੂਨੀਵਰਸਿਟੀ ਦੇ ਡਾਕਟਰਸ ਕਲੱਬ ਦੇ ਮੈਂਬਰ ਸਨ। 2 ਸਤੰਬਰ 1841 ਨੂੰ ਕਾਰਲ ਮਾਰਕਸ ਨੂੰ ਭਾਸ਼ਣ ਕਰਦਿਆਂ ਸੁਣਨ ਤੋਂ ਬਾਅਦ ਸਮਾਜਵਾਦੀ ਪ੍ਰਚਾਰਕ ਮੌਜ਼ਜ਼ ਹੇਜ਼ ਆਪਣੇ ਫਿਲਾਸਫਰ ਦੋਸਤ ਅਵਾਰਬਾਗ ਨੂੰ ਇੱਕ ਚਿੱਠੀ ਵਿੱਚ ਲਿਖਦੇ ਹਨ, ਇੱਥੇ ਤੂੰ ਇੱਕ ਬੰਦੇ ਨਾਲ ਜਾਣ ਪਛਾਣ ਕਰਕੇ ਖੁਸ਼ ਹੋਵੇਗਾ। ਉਹ ਬੌਨ ਵਿੱਚ ਰਹਿੰਦਾ ਹੈ, ਉਹ ਛੇਤੀ ਹੀ ਪੜ੍ਹਾਉਣ ਲੱਗੇਗਾ। ਤੈਨੂੰ ਸਭ ਤੋਂ ਵੱਡੇ ਸ਼ਾਇਦ ਇੱਕੋ ਇੱਕ ਅਸਲੀ ਜਿਉਂਦੇ ਦਰਸ਼ਨਵੇਤਾ ਨਾਲ ਜਾਣ ਪਛਾਣ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ, ਜਿਹੜਾ ਛੇਤੀ ਹੀ ਜਦੋਂ ਉਹ ਜਨਤਾ ਦੇ ਸਾਹਮਣੇ ਆ ਗਿਆ ਜਰਮਨੀ ਦੀਆਂ ਨਜ਼ਰਾਂ ਨੂੰ ਆਪਣੇ ਵੱਲ ਖਿੱਚ ਲਵੇਗਾ। ਆਪਣੀ ਪ੍ਰਵਿਰਤੀ ਅਤੇ ਆਪਣੀ ਦਾਰਸ਼ਨਿਕ ਵਿੱਦਿਆ ਦੋਹਾਂ ਦੇ ਪੱਖੋਂ ਕੇਵਲ ਸਟ੍ਰੌਸ ਤੋਂ ਹੀ ਨਹੀਂ, ਉਹ ਫਿਊਰਬਾਖ ਤੋਂ ਵੀ ਸ੍ਰੇਸ਼ਠ ਹੈ ਅਤੇ ਪਿਛਲੇਰੀ ਗੱਲ ਦਾ ਬਹੁਤ ਵੱਡਾ ਅਰਥ ਹੈ। ਉਹ ਅੱਗੇ ਲਿਖਦੇ ਹਨ, ਡਾਕਟਰ ਮਾਰਕਸ ਜਿਵੇਂ ਮੇਰੇ ਈਸਟ ਨੂੰ ਆਖਿਆ ਜਾਂਦਾ ਹੈ ਹਲੇ ਬਹੁਤ ਨੌਜਵਾਨ ਹੈ, ਜਿਹੜਾ ਮੱਧਕਾਲੀਨ ਦਰਸ਼ਨ ਨੂੰ ਅਤੇ ਰਾਜਨੀਤੀ ਨੂੰ ਆਖਰੀ ਸੱਟ ਮਾਰੇਗਾ। ਉਹ ਅਤਿਅੰਤ ਤਿੱਖੀ ਮਸ਼ਕਰੀ ਅਤੇ ਅਤ ਦੀ ਗੂੜੀ ਦਾਰਸ਼ਨਿਕ ਪਕੜ ਦਾ ਜੋੜ ਹੈ। ਕਲਪਨਾ ਕਰੋ, ਰੂਸੋ, ਵਾਲਟੇਅਰ, ਹੌਲਬਾਖ, ਲੈਸਿੰਗ, ਹਾਈਨੇ ਅਤੇ ਹੀਗਲ ਇੱਕੋ ਵਿਅਕਤੀ ਵਿੱਚ ਇੱਕਮਿੱਕ ਹੋ ਗਏ ਹੋਣ। ਮੈਂ ਇੱਕਮਿੱਕ ਹੋ ਗਏ ਆਖਿਆ ਹੈ, ਖਲਤ ਮਲਤ ਹੋ ਗਏ ਹੋਣ ਨਹੀਂ। ਅਤੇ ਤੁਹਾਡੇ ਸਾਹਮਣੇ ਹੈ ਡਾਕਟਰ ਮਾਰਕਸ। 1843 ਦੇ ਵਿੱਚ ਕਾਰਲ ਮਾਰਕਸ ਅਤੇ ਜੈਨੀ ਵਿਆਹ ਕਰਵਾ ਲੈਂਦੇ ਹਨ। ਉਸ ਸਮੇਂ ਤੱਕ ਕਾਰਲ ਮਾਰਕਸ ਅਤੇ ਜੈਨੀ ਦੋਵਾਂ ਦੇ ਪਿਤਾਵਾਂ ਦੀ ਮੌਤ ਹੋ ਚੁੱਕੀ ਹੈ। ਕਾਰਲ ਮਾਰਕਸ ਇੱਕ ਪ੍ਰੋਫੈਸਰ ਬਣਨਾ ਚਾਹੁੰਦੇ ਸਨ, ਪਰ ਸਰਕਾਰ ਵੱਲੋਂ ਫਿਊਰਬਾਖ ਅਤੇ ਬਰੂਨੋ ਬਾਵਰ ਨਾਲ ਕੀਤੇ ਗਏ ਗਲਤ ਵਿਵਹਾਰ ਕਾਰਨ ਉਹਨਾਂ ਇਹ ਵਿਚਾਰ ਤਿਆਗ ਦਿੱਤਾ। 1842 ਵਿੱਚ ਉਹ ਇੱਕ ਅਖ਼ਬਾਰ ਰਾਈਨਿਸ਼ ਜੈਟੋਂਗ ਲਈ ਲਿਖਣਾ ਸ਼ੁਰੂ ਕਰਦੇ ਹਨ। ਰਾਈਨਿਸ਼ ਜੈਟੋਂਗ ਦੀ ਸ਼ੁਰੂਆਤ ਜਨਵਰੀ 1842 ਦੇ ਵਿੱਚ ਹੋਈ ਅਤੇ ਮਾਰਚ 1843 ਦੇ ਵਿੱਚ ਪ੍ਰੂਸ਼ੀਆ ਸਰਕਾਰ ਵੱਲੋਂ ਇਸ ਨੂੰ ਬੈਨ ਕਰ ਦਿੱਤਾ ਗਿਆ। 1843 ਦੇ ਵਿੱਚ ਉਹਨਾਂ ਕ੍ਰਿਟੀਕ ਆਫ ਦ ਹੀਗਲਸ ਫਿਲੋਸਫੀ ਆਫ ਰਾਈਟ ਨਾਮ ਦੀ ਕਿਤਾਬ ਲਿਖੀ। 1843 ਵਿੱਚ ਹੀ ਉਹਨਾਂ ਨੇ ਔਨ ਦ ਜੂਇਸ਼ ਕੁਐਸਚਨ ਨਾਮ ਦੀ ਕਿਤਾਬ ਲਿਖੀ, ਜਿਹੜੀ ਕਿ 1844 ਦੇ ਵਿੱਚ ਪ੍ਰਕਾਸ਼ਿਤ ਹੋਈ। ਇਸ ਕਿਤਾਬ ਵਿੱਚ ਉਹ ਯਹੂਦੀਆਂ ਦੀ ਜਰਮਨ ਦੇ ਵਿੱਚ ਆਜ਼ਾਦੀ ਦੇ ਸਵਾਲ ਨੂੰ ਸੰਬੋਧਿਤ ਹੋਏ। 1843 ਵਿੱਚ ਮਾਰਕਸ ਅਤੇ ਜੈਨੀ ਪੈਰਿਸ ਚਲੇ ਗਏ, ਕਿਉਂਕਿ ਜਰਮਨੀ ਵਿੱਚ ਉਹਨਾਂ 'ਤੇ
ਸਿਆਸੀ ਸਕੰਜਾ ਕੱਸਿਆ ਜਾ ਰਿਹਾ ਸੀ ਅਤੇ ਫਰਾਂਸ ਵਿੱਚ ਹਾਲਾਤ ਮੁਕਾਬਲਤਨ ਠੀਕ ਸਨ। 1847 ਦੀ ਫਰਵਰੀ ਦੇ ਵਿੱਚ ਉਹਨਾਂ ਦੋਇਸ ਫਰਾਂਜ਼ੂਇਸ਼ੇ ਜਾਰਗੁਚਰ ਨਾਂ ਦਾ ਪਰਚਾ ਕੱਢਿਆ, ਪਰ ਪ੍ਰੂਸ਼ੀਆ ਦੀ ਸਰਕਾਰ ਨੇ ਫਰਾਂਸ ਦੀ ਸਰਕਾਰ ਦੇ ਉੱਤੇ ਦਬਾਅ ਬਣਾ ਕੇ ਇਹ ਪਰਚਾ ਬੰਦ ਕਰਵਾ ਦਿੱਤਾ। ਇਸ ਦਾ ਪਹਿਲਾ ਅੰਕ ਹੀ ਇਸ ਦਾ ਆਖਰੀ ਅੰਕ ਵੀ ਸੀ। ਕਾਰਲ ਮਾਰਕਸ ਅਤੇ ਫਰੈਡਰਿਕ ਇੰਗਲਸ ਦੀ ਮੁਲਾਕਾਤ ਪੈਰਿਸ ਦੇ ਵਿੱਚ ਹੋਈ, ਇਹ ਉਹਨਾਂ ਦੀ ਪਹਿਲੀ ਮੁਲਾਕਾਤ ਸੀ। ਇਸ ਤੋਂ ਪਹਿਲਾਂ ਕਾਰਲ ਮਾਰਕਸ ਫਰੈਡਰਿਕ ਇੰਗਲਸ ਦੀ ਉਸੇ ਸਾਲ ਛਪੀ ਕਿਤਾਬ ਇੰਗਲੈਂਡ ਵਿੱਚ ਮਜ਼ਦੂਰ ਜਮਾਤ ਦੀ ਹਾਲਤ ਪੜ੍ਹ ਚੁੱਕੇ ਸਨ ਅਤੇ ਉਹ ਫਰੈਡਰਿਕ ਇੰਗਲਸ ਦੀ ਰਾਜਨੀਤਿਕ ਆਰਥਿਕਤਾ ਬਾਰੇ ਸਮਝ ਦੇ ਪ੍ਰਸ਼ੰਸਕ ਬਣ ਚੁੱਕੇ ਸਨ। ਉਹਨਾਂ ਦੀ ਮੁਲਾਕਾਤ ਇਸੇ ਸਾਲ ਅਗਸਤ 1844 ਵਿੱਚ ਦੁਬਾਰਾ ਪੈਰਿਸ ਵਿਖੇ ਹੀ ਹੋਈ, ਜਦੋਂ ਇੰਗਲਸ ਆਪਣੇ ਕੰਮ ਲਈ ਪੈਰਿਸ ਹੁੰਦੇ ਹੋਏ ਮੈਨਚੈਸਟਰ ਜਾ ਰਹੇ ਸਨ ਅਤੇ ਇੰਗਲਸ ਪੂਰੇ 10 ਦਿਨ ਪੈਰਿਸ ਵਿੱਚ ਰਹੇ। ਉਹਨਾਂ ਇੱਥੇ ਯੁਵਾ ਹੀਗਲਵਾਦੀਆਂ ਬਾਰੇ ਇੱਕ ਕਿਤਾਬ ਅ ਕ੍ਰਿਟੀਕ ਟੂ ਦਾ ਕ੍ਰਿਟੀਕਲ ਕ੍ਰਿਟੀਸਿਜ਼ਮ ਲਿਖਣ ਦਾ ਫੈਸਲਾ ਕੀਤਾ, ਜੋ ਉਹਨਾਂ ਬਰੂਨੋ ਭਰਾਵਾਂ ਦੇ ਵਿਚਾਰਾਂ ਦੀ ਆਲੋਚਨਾ ਲਈ ਲਿਖੀ ਸੀ, ਅਤੇ ਪ੍ਰਕਾਸ਼ਕ ਨੇ ਇਸ ਕਿਤਾਬ ਦੇ ਨਾਂ ਨਾਲ ਦਾ ਹੋਲੀ ਫੈਮਿਲੀ ਜੋੜ ਦਿੱਤਾ। ਇਹ ਕਿਤਾਬ ਅੱਜ ਤੱਕ ਇਸੇ ਨਾਮ ਨਾਲ ਜਾਣੀ ਜਾਂਦੀ ਹੈ। ਮਾਰਕਸ ਅਤੇ ਇੰਗਲਸ ਦੀ ਇਹ ਪਹਿਲੀ ਕਿਤਾਬ ਸੀ ਜੋ ਉਹਨਾਂ ਇਕੱਠਿਆਂ ਲਿਖੀ। ਇੰਗਲਸ ਨੇ ਆਪਣਾ ਹਿੱਸਾ ਉਹਨਾਂ 10 ਦਿਨਾਂ ਦੇ ਵਿੱਚ ਹੀ ਮੁਕਾ ਦਿੱਤਾ, ਪਰ ਮਾਰਕਸ ਨੇ ਆਪਣਾ ਹਿੱਸਾ ਨਵੰਬਰ 1844 ਤੱਕ ਪੂਰਾ ਕੀਤਾ, ਕਿਉਂਕਿ ਉਸ ਸਮੇਂ ਕਾਰਲ ਮਾਰਕਸ ਇਕੋਨੋਮਿਕ ਅਤੇ ਫਿਲੋਸਫੀਕਲ ਮੈਨੂਸਕ੍ਰਿਪਟਸ ਨਾਂ ਦੀ ਕਿਤਾਬ ਉੱਤੇ ਕੰਮ ਕਰ ਰਹੇ ਸਨ, ਜਿਸ ਵਿੱਚ ਉਹਨਾਂ ਏਲੀਅਨੇਸ਼ਨ ਦਾ ਪ੍ਰਸਿੱਧ ਕਨਸੈਪਟ ਪੇਸ਼ ਕੀਤਾ। 1844 ਦੀ ਜਨਵਰੀ ਤੋਂ ਦਸੰਬਰ ਤੱਕ ਮਾਰਕਸ ਨੇ ਵਾਰ ਗੋਡਸ ਨਾਮ ਦੇ ਪਰਚੇ ਲਈ ਲਿਖਿਆ, ਜਿਹੜਾ ਕਿ ਲੀਗ ਆਫ ਜਸਟ ਵੱਲੋਂ ਕੱਢਿਆ ਜਾਂਦਾ ਸੀ। ਇਸੇ ਲੀਗ ਆਫ ਜਸਟ ਨੂੰ ਬਾਅਦ ਵਿੱਚ ਕਮਿਊਨਿਸਟ ਲੀਗ ਕਰਕੇ ਜਾਣਿਆ ਜਾਣ ਲੱਗਾ। 1845 ਵਿੱਚ ਇਹ ਪਰਚਾ ਵੀ ਪ੍ਰੂਸ਼ੀਆ ਸਰਕਾਰ ਦੀ ਦਖਲ ਅੰਦਾਜ਼ੀ ਨਾਲ ਬੰਦ ਕਰਵਾ ਦਿੱਤਾ ਗਿਆ। ਮਾਰਕਸ ਨੂੰ ਫਰਾਂਸ ਵਿੱਚੋਂ ਕੱਢ ਦਿੱਤਾ ਗਿਆ ਅਤੇ ਉਹ ਬੈਲਜੀਅਮ ਦੇ ਬ੍ਰਸਲਸ ਸ਼ਹਿਰ ਵਿੱਚ ਆ ਗਏ, ਜਿੱਥੇ ਉਹਨਾਂ ਨੂੰ ਲਿਖਤ ਵਿੱਚ ਇਹ ਦੇਣਾ ਪਿਆ ਕਿ ਇੱਥੇ ਰਹਿੰਦਿਆਂ ਉਹ ਕਿਸੇ ਵੀ ਰਾਜਨੀਤਿਕ ਕਾਰਵਾਈ ਵਿੱਚ ਹਿੱਸਾ ਨਹੀਂ ਲੈਣਗੇ। 1845 ਵਿੱਚ ਉਹਨਾਂ ਫਿਊਰਬਾਕ ਦੇ ਫਲਸਫੇ ਬਾਰੇ 11 ਨੁਕਤਿਆਂ ਦਾ ਥੀਸਿਸ ਦਿੱਤਾ, ਜਿਸ ਦਾ ਅਖੀਰਲਾ ਨੁਕਤਾ ਹੈ ਕਿ ਹੁਣ ਤੱਕ ਦਾਰਸ਼ਨਿਕਾਂ ਨੇ ਵੱਖ-ਵੱਖ ਢੰਗ ਨਾਲ ਦੁਨੀਆ ਦੀ ਸਿਰਫ ਵਿਆਖਿਆ ਕੀਤੀ ਹੈ, ਪਰ ਅਸਲ ਨੁਕਤਾ ਇਹਨੂੰ ਤਬਦੀਲ ਕਰਨਾ ਹੈ। ਇਹੀ ਉਹ ਨੁਕਤਾ ਹੈ ਜਿਸ ਨਾਲ ਮਾਰਕਸ ਆਪਣੇ ਤੋਂ ਪਹਿਲਾਂ ਹੋਏ ਸਾਰੇ ਫਿਲੋਸਫਰਾਂ ਦੇ ਫਲਸਫਿਆਂ ਦਾ ਮੁਲਾਂਕਣ ਕਰਦੇ ਹਨ ਅਤੇ ਉਹਨਾਂ ਦਾ ਭੋਗ ਪਾ ਦਿੰਦੇ ਹਨ, ਅਤੇ ਇੱਥੋਂ ਹੀ ਉਸ ਫਲਸਫੇ ਦੀ ਸ਼ੁਰੂਆਤ ਹੁੰਦੀ ਹੈ ਜਿਹੜਾ ਦੁਨੀਆ ਨੂੰ ਸਮਝਣ ਲਈ ਇੱਕ ਨੁਕਤਾ ਨਜ਼ਰ ਪ੍ਰਦਾਨ ਕਰਦਾ ਹੈ ਅਤੇ ਇਹਨੂੰ ਬਦਲਣ ਦਾ ਰਾਹ ਵੀ ਪੇਸ਼ ਕਰਦਾ ਹੈ। ਇਸ ਲਈ ਇਸ ਨੂੰ ਇਨਕਲਾਬੀ ਦਰਸ਼ਨ ਕਿਹਾ ਜਾਂਦਾ ਹੈ। ਇਹ ਦਰਸ਼ਨ ਹੈ ਪਦਾਰਥਵਾਦ ਵਿਰੋਧ ਵਿਕਾਸੀ, ਜਿਹਨੂੰ ਕਿ ਸਥਾਪਿਤ ਕੀਤਾ ਮਹਾਨ ਕਾਰਲ ਮਾਰਕਸ ਅਤੇ ਫਰੈਡਰਿਕ ਇੰਗਲਸ ਨੇ, ਅਤੇ ਇਹ ਮਾਰਕਸਵਾਦ ਦੇ ਨਾਮ ਨਾਲ ਜਾਣਿਆ ਜਾਂਦਾ ਹੈ। 1845-46 ਵਿੱਚ ਜਦੋਂ ਮਾਰਕਸ ਅਤੇ ਇੰਗਲਸ ਨੇ ਆਪਣੇ ਤੋਂ ਪਹਿਲਾਂ ਦੇ ਫਿਲਾਸਫਰਾਂ ਦੀ ਫਿਲਾਸਫੀ ਦਾ ਮੁਲਾਂਕਣ ਕਰਕੇ ਮਾਰਕਸਵਾਦ ਨੂੰ ਸਥਾਪਿਤ ਕਰ ਲਿਆ ਸੀ, ਤਾਂ ਉਸ ਸਮੇਂ ਉਹਨਾਂ ਦੇ ਸਾਹਮਣੇ ਆਪਣੀ ਹੀ ਸਵੈ ਪੁਸ਼ਟੀ ਦਾ ਸਵਾਲ ਖੜ੍ਹਾ ਹੋ ਗਿਆ। ਇੰਗਲਸ ਦੇ ਸ਼ਬਦਾਂ ਵਿੱਚ ਕਿ ਉਹਨਾਂ ਇਸ ਸਵੈ ਪੁਸ਼ਟੀ ਲਈ ਜਰਮਨ ਵਿਚਾਰਧਾਰਾ ਨਾਮ ਦੀ ਕਿਤਾਬ ਲਿਖੀ, ਪਰ ਇਸ ਕਿਤਾਬ ਲਈ ਕੋਈ ਪ੍ਰਕਾਸ਼ਕ ਸਾਨੂੰ ਨਾ ਮਿਲਿਆ ਅਤੇ ਅਸੀਂ ਇਹਨੂੰ ਚੂਹਿਆਂ ਦੇ ਹਵਾਲੇ ਕਰ ਦਿੱਤਾ, ਕਿਉਂਕਿ ਜੋ ਅਸੀਂ ਚਾਹੁੰਦੇ ਸਾਂ ਉਹ ਅਸੀਂ ਹਾਸਲ ਕਰ ਲਿਆ ਸੀ। ਇਹ ਕਿਤਾਬ 1932 ਦੇ ਵਿੱਚ ਸੋਵੀਅਤ ਯੂਨੀਅਨ ਵਿੱਚ ਪ੍ਰਕਾਸ਼ਿਤ ਹੋਈ। 1847 ਵਿੱਚ ਕਾਰਲ ਮਾਰਕਸ ਨੇ ਫਲਸਫੇ ਦੀ ਕੰਗਾਲੀ ਨਾਮ ਦੀ ਕਿਤਾਬ ਲਿਖੀ, ਇਹ ਕਿਤਾਬ ਉਹਨਾਂ ਪਰੂਦੋ ਦੀ ਕਿਤਾਬ ਕੰਗਾਲੀ ਦੇ ਫਲਸਫੇ ਦੇ ਜਵਾਬ ਵਜੋਂ ਲਿਖੀ। 2 ਜੂਨ 1847 ਨੂੰ ਲੀਗ ਆਫ ਜਸਟ ਦੀ ਲੰਡਨ ਵਿੱਚ ਕਾਂਗਰਸ ਹੋਈ, ਇੰਗਲਸ ਇਸ ਵਿੱਚ ਪੈਰਿਸ ਵੱਲੋਂ ਡੈਲੀਗੇਟ ਸਨ, ਮਾਰਕਸ ਆਰਥਿਕ ਤੰਗੀ ਕਾਰਨ ਇਸ ਵਿੱਚ ਸ਼ਾਮਲ ਨਹੀਂ ਹੋ ਸਕੇ। ਮਾਰਕਸ ਅਤੇ ਇੰਗਲਸ ਦੇ ਸਿਆਸੀ ਰੁਤਬੇ ਕਾਰਨ ਲੀਗ ਆਫ ਜਸਟ ਦਾ ਨਾਮ ਬਦਲ ਕੇ ਕਮਿਊਨਿਸਟ ਲੀਗ ਰੱਖ ਦਿੱਤਾ ਗਿਆ ਅਤੇ ਇਸ ਦਾ ਮੁੱਖ ਨਾਰਾ ਆਲ ਮੈਨਸ ਆਰ ਬ੍ਰਦਰਸ ਦੀ ਬਜਾਏ ਵਰਕਰਸ ਆਫ ਦੀ ਆਲ ਕੰਟਰੀਜ਼ ਯੂਨਾਈਟ, ਭਾਵ ਸਾਰੀ ਦੁਨੀਆ ਦੇ ਕਿਰਤੀਓ ਇੱਕ ਹੋ ਜਾਓ ਕਰ ਦਿੱਤਾ ਗਿਆ। ਉਹਨਾਂ ਇਸ ਤਰ੍ਹਾਂ ਯੂਟੋਪੀਆਈ ਸਮਾਜਵਾਦ ਦੀ ਬਜਾਏ ਵਿਗਿਆਨਕ ਸਮਾਜਵਾਦ ਦਾ ਸੰਕਲਪ ਪੇਸ਼ ਕੀਤਾ। ਇਸ ਤੋਂ ਬਾਅਦ ਨਵੰਬਰ 1847 ਵਿੱਚ ਲੰਡਨ ਵਿੱਚ ਹੋਈ ਕਮਿਊਨਿਸਟ ਲੀਗ ਦੀ ਕਾਂਗਰਸ ਨੇ ਮਾਰਕਸ ਅਤੇ ਇੰਗਲਸ ਨੂੰ ਸਿਆਸੀ ਪ੍ਰੋਗਰਾਮ ਉੱਤੇ ਕੰਮ ਕਰਨ ਲਈ ਜ਼ਿੰਮੇਵਾਰੀ ਸੌਂਪੀ ਅਤੇ ਜਿਸ ਨੂੰ ਉਹਨਾਂ ਨੇ ਕਮਿਊਨਿਸਟ ਪਾਰਟੀ ਦੇ ਮੈਨੀਫੈਸਟੋ ਦੇ ਰੂਪ ਵਿੱਚ ਲਿਖਿਆ। ਇਹ 1848 ਫਰਵਰੀ ਵਿੱਚ ਫਰਾਂਸੀਸੀ ਇਨਕਲਾਬ ਤੋਂ ਕੁਝ ਹਫ਼ਤੇ ਪਹਿਲਾਂ ਹੀ ਛਪਿਆ ਅਤੇ ਹੁਣ ਤੱਕ ਇਹ ਸੰਸਾਰ ਦੀਆਂ ਸਾਰੀਆਂ ਕਮਿਊਨਿਸਟ ਪਾਰਟੀਆਂ ਦਾ ਮੈਨੀਫੈਸਟੋ ਹੈ। ਕਲੋਨ ਵਿਖੇ 1 ਜੂਨ 1848 ਤੋਂ ਕਾਰਲ ਮਾਰਕਸ, ਇੰਗਲਸ ਅਤੇ ਕਮਿਊਨਿਸਟ ਲੀਗ ਦੇ ਮੈਂਬਰਾਂ ਵੱਲੋਂ ਇੱਕ ਨਵਾਂ ਅਖ਼ਬਾਰ ਨਿਊ ਰਾਈਨਿਸ ਜੈਟੋਂਗ ਸ਼ੁਰੂ ਕੀਤਾ ਗਿਆ। ਇਹਦੇ ਪਾਠਕ ਪੁਰਾਣੇ ਰਾਈਨਿਸ ਜੈਟੋਂਗ ਵਾਲੇ ਹੀ ਸਨ। ਜੋਸਫ ਵਾਡਮੇਲ ਵੀ ਇਸ ਦੇ ਸੰਪਾਦਕੀ ਮੰਡਲ 'ਚ ਸ਼ਾਮਲ ਸਨ। ਇਸ ਦੇ ਮੁੱਖ ਸੰਪਾਦਕ ਕਾਰਲ ਮਾਰਕਸ ਸਨ। 7-8 ਫਰਵਰੀ 1849 ਮਾਰਕਸ, ਇੰਗਲਸ ਅਤੇ ਉਹਨਾਂ ਦੇ ਸਾਥੀਆਂ 'ਤੇ ਮੁਕੱਦਮਾ ਚਲਾਇਆ ਗਿਆ, ਜਿਸ ਨੂੰ ਕਲੋਨ ਮੁਕੱਦਮੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹਦੇ 'ਚ ਉਹਨਾਂ ਉੱਤੇ ਬਗਾਵਤ ਫੈਲਾਉਣ ਦਾ ਦੋਸ਼ ਲਾਇਆ ਗਿਆ, ਪਰ ਉਹਨਾਂ ਨੇ ਆਪਣਾ ਜ਼ੋਰਦਾਰ ਪੱਖ ਪੇਸ਼ ਕੀਤਾ ਅਤੇ ਅਦਾਲਤ ਨੇ ਉਹਨਾਂ ਨੂੰ ਨਿਰਦੋਸ਼ ਕਰਾਰ ਦਿੱਤਾ। 16 ਮਈ 1849 ਨੂੰ ਮਾਰਕਸ ਨੂੰ ਇਹ ਪਰਚਾ ਬੰਦ ਕਰਕੇ ਪ੍ਰੂਸ਼ੀਆ ਛੱਡ ਜਾਣ ਦੇ ਆਦੇਸ਼ ਮਿਲੇ
ਅਤੇ ਇੰਗਲਜ਼ ਖਿਲਾਫ ਕਾਨੂੰਨੀ ਕਾਰਵਾਈ ਸ਼ੁਰੂ ਹੋਈ। 19 ਮਈ 1849 ਨੂੰ ਨਿਓ ਰਾਇਨਿਸ ਜੈਟੋਂਗ ਦਾ ਆਖਰੀ ਅੰਕ ਲਾਲ ਅੰਕ ਛਾਪਿਆ ਗਿਆ। ਇਸ ਤੋਂ ਬਾਅਦ ਮਾਰਕਸ ਅਤੇ ਇੰਗਲ ਦੱਖਣ ਪੱਛਮੀ ਜਰਮਨੀ ਚਲੇ ਗਏ ਜਿੱਥੇ ਇਨਕਲਾਬੀ ਕਾਰਵਾਈਆਂ ਅਜੇ ਵੀ ਚੱਲ ਰਹੀਆਂ ਸਨ। June 1849 ਦੇ ਵਿੱਚ ਮਾਰਕਸ ਪੈਰਿਸ ਆ ਗਏ। ਇੱਥੇ ਵੱਡੀ ਬਗਾਵਤ ਹੋਣ ਦੀ ਸੰਭਾਵਨਾ ਸੀ, ਪਰ ਜਮਹੂਰੀ ਪੈਟੀ ਬੁਰਜੁਆ ਆਗੂ ਇਹਨੂੰ ਨਿਰਦੇਸ਼ਿਤ ਨਹੀਂ ਕਰ ਪਾਏ ਅਤੇ ਇਹ ਯਤਨ ਅਸਫਲ ਹੋਏ। ਇਸ ਤੋਂ ਬਾਅਦ 23 ਅਗਸਤ 1849 ਨੂੰ ਕਾਰਲ ਮਾਰਕਸ ਨੂੰ 24 ਘੰਟਿਆਂ ਦੇ ਵਿੱਚ ਪੈਰਿਸ ਛੱਡਣ ਦੇ ਹੁਕਮ ਦਿੱਤੇ ਗਏ। 26 ਅਗਸਤ 1849 ਨੂੰ ਮਾਰਕਸ ਲੰਡਨ ਪਹੁੰਚ ਗਏ। 1850 ਵਿੱਚ ਮਾਰਕਸ ਨੇ ਫਰਾਂਸ ਦੇ ਜਮਾਤੀ ਸੰਘਰਸ਼ ਬਾਰੇ ਕਿਤਾਬ ਲਿਖੀ। 1852 ਵਿੱਚ ਜਰਮਨੀ ਵਿੱਚ ਇਨਕਲਾਬ ਅਤੇ ਉਲਟ ਇਨਕਲਾਬ ਅਤੇ ਲੂਈਸ ਬੋਨਾਪਾਰਟ ਦਾ 18ਵਾਂ ਬਰੂਮੇਰ ਕਿਤਾਬਾਂ ਲਿਖੀਆਂ। ਇਸੇ ਕਿਤਾਬ ਵਿੱਚ ਉਹਨਾਂ ਪ੍ਰੋਲੇਤਾਰੀਆ ਦੀ ਤਾਨਾਸ਼ਾਹੀ ਬਾਰੇ ਚਰਚਾ ਕੀਤੀ ਜੋ ਕਿ ਹਾਲੀਆ 'ਚ ਵਰਪੇ ਇਨਕਲਾਬਾਂ ਤੋਂ ਮਿਲੇ ਸਬਕਾਂ ਦਾ ਨਿਚੋੜ ਸੀ। 6 ਅਪ੍ਰੈਲ 1855 ਵਿੱਚ ਮਾਰਕਸ ਦੇ ਪੁੱਤਰ ਐਡਗਰ ਦੀ ਬਿਮਾਰੀ ਅਤੇ ਕਮਜ਼ੋਰੀ ਕਾਰਨ ਮੌਤ ਹੋ ਗਈ। ਪਰਿਵਾਰ ਦੀ ਮਾਲੀ ਹਾਲਤ ਬੇਹੱਦ ਕਮਜ਼ੋਰ ਸੀ। ਇੰਗਲ ਨੇ ਇਸ ਸਮੇਂ ਉਹਨਾਂ ਦੀ ਸਹਾਇਤਾ ਕੀਤੀ ਅਤੇ ਪਰਿਵਾਰ ਦਾ ਖਰਚਾ ਚੁੱਕਿਆ। ਇਸ ਦੌਰਾਨ ਮਾਰਕਸ ਨਿਊਯਾਰਕ ਡੇਲੀ ਟਾਈਮਸ ਲਈ ਵੀ ਲਿਖਦੇ ਰਹੇ ਅਤੇ ਇਸੇ ਵਿੱਚ ਉਹਨਾਂ ਦੀ ਭਾਰਤ ਦੀ 1857 ਦੀ ਪਹਿਲੀ ਜੰਗੇ ਆਜ਼ਾਦੀ ਬਾਰੇ ਲੇਖ ਵੀ ਸ਼ਾਮਲ ਸਨ। 1863 ਵਿੱਚ ਉਹਨਾਂ ਸਰਪਲਸ ਵੈਲਿਊ ਯਾਨੀ ਕਿ ਵਾਧੂ ਕਦਰ ਦਾ ਸਿਧਾਂਤ ਪੇਸ਼ ਕੀਤਾ। 28 ਸਤੰਬਰ 1864 ਨੂੰ ਮਾਰਕਸ ਨੇ ਦ ਇੰਟਰਨੈਸ਼ਨਲ ਵਰਕਿੰਗ ਮੈਨਸ ਐਸੋਸੀਏਸ਼ਨ ਜਿਹਨੂੰ ਕਿ ਦ ਫਸਟ ਇੰਟਰਨੈਸ਼ਨਲ ਵੀ ਕਿਹਾ ਜਾਂਦਾ ਹੈ ਦੀ ਸਥਾਪਨਾ ਕੀਤੀ। ਇਸ ਦੇ ਐਲਾਨਨਾਮੇ ਵਿੱਚ ਉਹਨਾਂ ਨੇ ਕੰਮ ਦਿਹਾੜੀ ਦੀ ਸਮਾਂ ਸੀਮਾ ਕਾਨੂੰਨ ਦੁਆਰਾ ਘੱਟ ਕਰਨ ਲਈ ਸੰਘਰਸ਼ ਕਰਨ ਦਾ ਸੱਦਾ ਦਿੱਤਾ। 1867 ਵਿੱਚ ਕਾਰਲ ਮਾਰਕਸ ਨੇ ਦਾਸ ਕੈਪੀਟਲ ਦੀ ਪਹਿਲੀ ਜਿਲਦ ਦੀ ਪ੍ਰਕਾਸ਼ਨਾ ਕੀਤੀ। ਇਸ ਕਿਤਾਬ ਨੂੰ ਮਜ਼ਦੂਰ ਜਮਾਤ ਦੀ ਬਾਈਬਲ ਵੀ ਕਿਹਾ ਜਾਂਦਾ ਹੈ। ਇਸ ਕਿਤਾਬ ਵਿੱਚ ਕਾਰਲ ਮਾਰਕਸ ਨੇ ਸਰਮਾਏਦਾਰੀ ਪ੍ਰਬੰਧ ਦੇ ਪੈਦਾ ਹੋਣ, ਉਹਦੇ ਵਿਕਾਸ ਅਤੇ ਅੰਤ ਉਸਦੇ ਖਤਮ ਹੋਣ ਤੋਂ ਬਾਅਦ ਉਹਦੀ ਜਗ੍ਹਾ ਇੱਕ ਨਵੇਂ ਸਮਾਜਿਕ ਪ੍ਰਬੰਧ ਦੁਆਰਾ ਲਏ ਜਾਣ ਦਾ ਸਿਧਾਂਤ ਪੇਸ਼ ਕੀਤਾ। 1875 ਵਿੱਚ ਮਾਰਕਸ ਨੇ ਗੋਥਾ ਪ੍ਰੋਗਰਾਮ ਦੀ ਆਲੋਚਨਾ ਨਾਮ ਦੀ ਕਿਤਾਬ ਲਿਖੀ। ਇਸ ਖਰੜੇ ਵਿੱਚ ਮਾਰਕਸ ਨੇ ਪ੍ਰੋਲੇਤਾਰੀ ਦੀ ਤਾਨਾਸ਼ਾਹੀ, ਕਮਿਊਨਿਸਟ ਸਮਾਜ ਦੇ ਦੋ ਪੜਾਵਾਂ, ਸਮਾਜਿਕ ਵਸਤੂਆਂ ਦੇ ਉਤਪਾਦਨ ਅਤੇ ਵਿਤਰਨ, ਪ੍ਰੋਲੇਤਾਰੀ ਕਮਾਂਤਰੀਵਾਦ ਅਤੇ ਕਿਰਤੀ ਜਮਾਤ ਦੀ ਪਾਰਟੀ ਬਾਰੇ ਚਰਚਾ ਕੀਤੀ। ਇਸੇ ਕਿਤਾਬ ਵਿੱਚ ਵਿਗਿਆਨਕ ਸਾਂਝੀਵਾਲਤਾ ਦਾ ਨਾਰਾ ਵੀ ਸ਼ਾਮਲ ਸੀ, ਹਰ ਇੱਕ ਤੋਂ ਉਹਦੀ ਯੋਗਤਾ ਮੁਤਾਬਕ ਅਤੇ ਹਰ ਇੱਕ ਨੂੰ ਉਹਦੀ ਲੋੜ ਮੁਤਾਬਕ। ਇਸ ਤੋਂ ਬਾਅਦ ਦੇ ਸਾਲਾਂ ਵਿੱਚ ਮਾਰਕਸ ਨੇ ਮਾਨਵ ਗਿਆਨ ਦੇ ਵਿਸ਼ੇ ਦੇ ਅਧਿਐਨ ਵਿੱਚ ਵਿਸ਼ੇਸ਼ ਧਿਆਨ ਦਿੱਤਾ। ਇਸ ਵਿੱਚ ਉਹਨਾਂ ਵੱਲੋਂ ਮਾਰਗਨ ਦੀ ਪੁਸਤਕ ਪੁਰਾਤਨ ਸਮਾਜ ਦਾ ਅਧਿਐਨ ਵੀ ਸ਼ਾਮਲ ਹੈ, ਜਿਸ ਨੂੰ ਆਧਾਰ ਬਣਾ ਕੇ ਇੰਗਲਸ ਨੇ ਟੱਬਰ ਨਿੱਜੀ ਜਾਇਦਾਦ ਅਤੇ ਰਾਜ ਦੀ ਉਤਪਤੀ ਕਿਤਾਬ ਪੇਸ਼ ਕੀਤੀ, ਜਿਸ ਨੂੰ ਉਹ ਕਾਰਲ ਮਾਰਕਸ ਦੀ ਆਗਿਆ ਦਾ ਪਾਲਣ ਦੱਸਦੇ ਹਨ। 2 ਸਤੰਬਰ 1881 ਨੂੰ ਜੈਨੀ ਮਾਰਕਸ ਦੀ ਮੌਤ ਹੋ ਗਈ। 15 ਮਹੀਨਿਆਂ ਬਾਅਦ 14 ਮਾਰਚ 1883 ਨੂੰ ਕਾਰਲ ਮਾਰਕਸ ਦੀ ਮੌਤ ਹੋ ਗਈ। ਉਹਨਾਂ ਨੂੰ ਲੰਡਨ ਦੇ ਹਾਈ ਗੇਟ ਕਬਰਸਤਾਨ ਵਿੱਚ ਦਫਨਾਇਆ ਗਿਆ। ਕਾਰਲ ਮਾਰਕਸ ਦੀ ਕਬਰ 'ਤੇ ਤਕਰੀਰ ਕਰਦਿਆਂ ਉਹਨਾਂ ਦੇ ਸਭ ਤੋਂ ਨੇੜਲੇ ਸਿਧਾਂਤਕ ਸਾਥੀ ਇੰਗਲਸ ਨੇ ਕਿਹਾ ਕਿ 14 ਮਾਰਚ ਨੂੰ 3:45 ਇਸ ਦੁਨੀਆ ਦੇ ਮਹਾਨਤਮ ਦਿਮਾਗ ਨੇ ਸੋਚਣਾ ਬੰਦ ਕਰ ਦਿੱਤਾ। ਉਹਨਾਂ ਨੂੰ 2 ਮਿੰਟ ਲਈ ਹੀ ਇਕੱਲੇ ਛੱਡਿਆ ਗਿਆ ਸੀ ਅਤੇ ਵਾਪਸੀ 'ਤੇ ਉਹਨਾਂ ਨੂੰ ਆਪਣੀ ਆਰਾਮ ਕੁਰਸੀ ਉੱਤੇ ਸਦਾ ਦੀ ਨੀਂਦ ਸੁੱਤੇ ਪਾਇਆ ਗਿਆ। ਫ੍ਰੈਡਰਿਕ ਇੰਗਲਸ ਅੱਗੇ ਬੋਲਦਿਆਂ ਕਹਿੰਦੇ ਹਨ ਕਿ ਕਾਰਲ ਮਾਰਕਸ ਸਭ ਤੋਂ ਪਹਿਲਾਂ ਇੱਕ ਇਨਕਲਾਬ ਵਿਗਿਆਨੀ ਸਨ, ਜਿਨ੍ਹਾਂ ਦੀ ਜ਼ਿੰਦਗੀ ਦਾ ਅਸਲ ਮਕਸਦ ਸਰਮਾਏਦਾਰੀ ਢਾਂਚੇ ਨੂੰ ਤਹਿਸ ਨਹਿਸ ਕਰਕੇ ਆਧੁਨਿਕ ਪ੍ਰੋਲੇਦਾਰੀ ਦੀ ਮੁਕਤੀ ਲਈ ਯੋਗਦਾਨ ਪਾਉਣਾ।